ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੀਆਂ ਜੇਲਾਂ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਕਰ ਰਹੀਆਂ ਵੱਡੀਆਂ ਖਬਰਾਂ ਦੇ ਰਹੀਆਂ ਤੇ ਹੁਣ ਇੱਕ ਅਜਿਹੀ ਖਬਰ ਆ ਰਹੀ ਆ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ 46 ਅਜਿਹੇ ਮਾਸੂਮ ਬੱਚੇ ਬੰਦੇ ਆ ਤੇ ਇਹ ਬੱਚੇ ਕਿਸੇ ਹੋਰ ਦੇ ਕੀਤੇ ਹੋਏ ਜੁਰਮ ਦੇ ਖਾਤਰ ਉਹਨਾਂ ਦੇ ਨਾਲ ਜੇਲਾਂ ਦੇ ਵਿੱਚ ਰਹਿ ਰਹੇ ਆ ਮੈਂ ਗੱਲ ਕਰ ਰਿਹਾ ਮਾਸੂਮ ਬੱਚਿਆਂ ਦੀ ਜਿਹੜੇ ਕਿ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ 46 ਆ ਤੇ ਆਪਣੀਆਂ ਮਾਵਾਂ ਦੇ ਨਾਲ ਜੇਲਾਂ ਦੇ ਵਿੱਚ ਬੰਦ ਆ ਉਹਨਾਂ ਦੀਆਂ ਮਾਵਾਂ ਕਿਸੇ ਨਾ ਕਿਸੇ ਜੁਰਮ ਦੇ ਵਿੱਚ ਵੱਖ-ਵੱਖ ਜੇਲਾਂ ਦੇ ਵਿੱਚ ਬੰਦ ਆ ਇਹ ਖੁਲਾਸਾ ਉਦੋਂ ਹੋਇਆ ਜਦੋਂ ਘਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਪੰਜਾਬ ਸਰਕਾਰ ਤੋਂ ਵੱਖ-ਵੱਖ ਜੇਲਾਂ ਵਿੱਚ ਬੰਦ ਇਸ ਤਰ੍ਹਾਂ ਦੇ 8 ਸਾਲ ਤੋਂ ਘੱਟ ਉਮਰ ਦੇ ਮਾਸੂਮਾਂ ਦੀ ਗਿਣਤੀ ਆਰਟੀਆਈ ਰਾਹੀਂ ਪੁੱਛੀ ਤੇ ਆਰਟੀਆਈ ਦੇ ਵਿੱਚ ਵੱਡਾ ਤੇ ਹੈਰਾਨੀਜਨਕ ਖੁਲਾਸਾ ਹੋਇਆ ਇਹ ਜਿਹੜੀਆਂ ਜੇਲਾਂ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਬੱਚੇ ਆ ਜਿਹੜੇ ਉਹ ਅੰਮ੍ਰਿਤਸਰ ਜੇਲ ਤੇ ਲੁਧਿਆਣਾ ਜੇਲ ਦੇ ਵਿੱਚ ਆ ਉਸ ਤੋਂ ਬਾਅਦ ਕੇਂਦਰੀ ਜੇਲ ਫਿਰੋਜ਼ਪੁਰ ਵਿੱਚ 5 ਕੇਂਦਰੀ ਜੇਲ ਪਟਿਆਲਾ ਵਿੱਚ 2 ਕੇਂਦਰੀ ਜੇਲ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ 8-8 ਬੰਦੇ ਆ ਜਦੋਂ ਕਿ ਕੇਂਦਰੀ ਜੇਲ ਬਠਿੰਡਾ ਦੇ ਵਿੱਚ 5 ਕਪੂਰਥਲਾ ਦੇ ਵਿੱਚ 5 ਗੁਰਦਾਸਪੁਰ ਵਿੱਚ 2 ਮਾਡਰਨ ਜੇਲ ਫਰੀਦਕੋਟ ਵਿੱਚ 2 ਕੇਂਦਰੀ ਜੇਲ ਹੁਸ਼ਿਆਰਪੁਰ ਵਿੱਚ 1 ਜ਼ਿਲ੍ਹਾ ਜੇਲ ਸੰਗਰੂਰ ਵਿੱਚ 4 ਨਵੀਂ ਜ਼ਿਲ੍ਹਾ ਜੇਲ ਨਾਭਾ ਦੇ ਵਿੱਚ 4 ਤੇ ਔਮਨ ਜੇਲ ਲੁਧਿਆਣਾ ਜੀ ਦੀ ਗੱਲ ਕਰਕੇ ਹਟੇ ਆਪਾਂ ਉਹਦੇ ਵਿੱਚ 8 ਯਾਨੀ ਕੁੱਲ 46 ਬੱਚੇ ਮਾਸੂਮ ਬੱਚੇ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਦੀਆਂ ਮਾਵਾਂ ਵੱਖ-ਵੱਖ ਕੇਸਾਂ ਦੇ ਵਿੱਚ ਬੰਦ ਆ ਤੇ ਬੰਦੀ ਆ ਤੇ ਇਹਨਾਂ ਨੂੰ ਉਹਨਾਂ ਦੇ ਨਾਲ ਰਹਿਣਾ ਪੈ ਰਿਹਾ ਇਨ੍ਹਾਂ ਮਸੂਮਾਂ ਦੇ ਜੇਲ੍ਹ ਵਿੱਚ ਬੰਦ ਹੋਣ ਬਾਰੇ ਕਾਨੂੰਨ ਕੀ ਕਹਿ ਰਿਹਾ ਹੋਣਾ ਕੀ ਚਾਹੀਦਾ ਇਸ ਬਾਰੇ ਆਓ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਦੇ ਨਾਲ ਤੇ ਪੁੱਛਦੇ ਹਾਂ ਉਹਨਾਂ ਤੋਂ ਇਨ੍ਹਾਂ ਸਾਰੇ ਬੱਚਿਆਂ ਬਾਰੇ ਕਿ ਕਿਵੇਂ ਬਾਹਰ ਆ ਸਕਦੇ ਆ ਜਾਂ ਕਿਉਂ ਰੱਖਿਆ ਗਿਆ ਹੈ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਔਰਤਾਂ ਅਪਰਾਧਾਂ ਦੇ ਵਿੱਚ ਸ਼ਾਮਲ ਹੈਗੀਆਂ ਉਹਨਾਂ ਤੇ ਜਿਹੜੇ ਪਰਚੇ ਦਰਜ ਹੋਏ ਆ ਤੇ ਪੰਜਾਬ ਦੀ ਕਰੀਬ 11 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਔਰਤਾਂ ਨਜ਼ਰਬੰਦ ਹੈਗੀਆਂ ਤੇ ਜਿਹਦੇ ਚ ਕੇਂਦਰੀ ਜੇਲ ਪਟਿਆਲਾ ਵੂਮਨ ਮਤਲਬ ਜੇਲ ਨਾਬਾ ਕੇਂਦਰੀ ਕੇਂਦਰੀ ਮਾਡਰਨ ਜੇਲ ਫੀਕੋਟ ਇਹ ਸ਼ਾਮਲ ਹੈਗੀਆਂ ਇਸ ਤੋਂ ਇਲਾਵਾ ਜਿਹੜੀਆਂ 8 ਜੇਲਾਂ ਹੋਰ ਹੈਗੀਆਂ ਔਰ ਇਹਦੇ ਚ ਜਿਹੜੀ ਇੱਕ ਆਰਟੀ ਤੇ ਤੇ ਇਨਫੋਰਮੇਸ਼ਨ ਆਈ ਉਹਦੇ ਚ ਇਹ ਪਤਾ ਲੱਗਾ ਕਿ ਮਾਵਾਂ ਦੇ ਨਾਲ 46 ਬੱਚੇ ਵੀ ਜਿਹੜੇ ਹੈਗੇ ਆ ਉਹ ਜੇਲਾਂ ਚ ਨਜ਼ਰਬੰਦ ਜਿਨ੍ਹਾਂ ਦੀ ਉਮਰ 8 ਸਾਲ ਤੋਂ ਘੱਟ ਹੈਗੀ ਆ ਔਰ ਇਹ ਪਿਛਲੇ ਲਗਭਗ ਜਿਹੜੇ ਹੈਗੇ ਆ 2 ਸਾਲ ਤੋਂ ਉਥੇ ਜੇਲਾਂ ਦੇ ਵਿੱਚ ਬੰਦ ਆ ਔਰ ਇਹ ਆਪ ਦੇ ਆਪ ਚ ਬੜਾ ਸੀਰੀਅਸ ਇਸ਼ੂ ਹੈਗਾ ਇਸ ਤਰ੍ਹਾਂ ਦਾ ਇੱਕ ਮੁੱਦਾ 10 ਸਾਲ ਪਹਿਲਾਂ ਆਇਆ ਸੀ ਕਿ ਇੱਕ ਪਾਕਿਸਤਾਨ ਦੀ ਔਰਤ ਗ੍ਰਫਤਾਰ ਕੀਤੀ ਗਈ ਸੀ ਔਰ ਉਹਦੇ ਨਾਲ ਉਹਦਾ 3-4 ਸਾਲ ਦਾ ਬੱਚਾ ਵੀ ਸੀ ਔਰ ਭਾਰਤ ਸਰਕਾਰ ਨੇ ਉਸ ਮਤਲਬ ਉਸ ਬੱਚੇ ਤੇ ਰਹਿਮ ਦੀ ਮਤਲਬ ਕਰਦੇ ਤੇ ਉਹਦੀ ਮਾਂ ਨੂੰ ਵੀ ਜੇਲ੍ਹਵਾਦ ਚ ਰਿਹਾ ਕਰਤਾ ਸੀ ਇਹ ਬੱਚੇ ਜਿਨ੍ਹਾਂ ਨੇ ਹਜੇ ਇਸ ਸਮਾਜ ਦੇ ਵਿੱਚ ਬਹੁਤ ਸਕੂਲ ਜਾਣਾ ਹੈਗਾ ਕ੍ਰਾਚ ਚ ਜਾਣਾ ਪੜਨਾ ਲਿਖਣਾ ਸਿੱਖਣਾ ਔਰ ਉਹਨਾਂ ਨੂੰ ਮਤਲਬ ਬਚਪਨ ਦੇ ਵਿੱਚ ਜਿਹੜਾ ਹੈਗਾ ਆਦੀ ਮਾਂ ਦੇ ਨਾਲ ਜੇਲ੍ਹ ਰਹਿਣਾ ਪੈ ਰਿਹਾ ਹੈਗਾ ਤਾਂ ਇੱਕ ਤਰ੍ਹਾਂ ਦਾ ਹੈਗਾ ਜਿਹੜਾ ਜੁਵਨਾਈਲ ਜਸਿਸ ਐਕਟ ਹੈਗਾ ਉਦੀ ਵੀ ਉਲੰਘਣਾ ਹੈਗੀ ਆ ਤੇ ਜਿਹੜਾ ਬਾਲ ਅਧਿਕਾਰ ਕਾਨੂੰਨ ਹੈਗਾ ਇਹ ਉਹਦੀ ਵੀ ਉਲੰਘਣਾ ਹੈਗੀ ਆ ਦੁਨੀਆਂ ਦੇ ਬਹੁਤ ਸਾਰੇ ਇਹੋ ਜਿਹੇ ਦੇਸ਼ ਹੈਗੇ ਆ ਜਿੱਥੇ ਇਸ ਤਰ੍ਹਾਂ ਦੇ ਪ੍ਰੋਵੀਜ਼ਨ ਬਣਾਏ ਗਏ ਹੈਗੇ ਆ ਕਿ ਜਿੱਥੇ ਔਰਤ ਜਿਹਦੇ ਬੱਚਾ ਹੈਗਾ ਤੇ ਉਹ ਕਿਸੇ ਅਪਰਾਧ ਵਿੱਚ ਸ਼ਾਮਲ ਹੈਗਾ ਤੁਹਾਨੂੰ ਕਿਉਂ ਜਿਹੇ ਹਲਾਤ ਚ ਰੱਖਣ ਵਾਲੇ ਚ ਨਾਰੀ ਨਿਕੇਤਨ ਹੈਗਾ ਜਾਂ ਇਸ ਤਰ੍ਹਾਂ ਦੇ ਹੋਰ ਹੋਮ ਬਣਾਏ ਗਏ ਜਿਨ੍ਹਾਂ ਨੂੰ ਜੇਲ੍ਹਾਂ ਦਾ ਨਾਮ ਨਹੀਂ ਦਿੱਤਾ ਗਿਆ ਹੈਗਾ ਪਰ ਇੰਡੀਆ ਦੇ ਵਿੱਚ ਜਾਂ ਆਪਣੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਆਪਾਂ ਨੂੰ ਵੇਖ ਰਹੇ ਆਂ ਕਿ ਔਰਤਾਂ ਨੂੰ ਬੱਚਿਆਂ ਦੇ ਨਾਲ ਮਤਲਬ ਬੱਚੇ ਜਿਹੜੇ ਹੈਗੇ ਆ ਉਹਨਾਂ ਨਾਲ ਦੀ ਮਾਮਾ ਦੇ ਨਾਲ ਹੀ ਰਹਿਣਾ ਪੈਂਦਾ ਕਿਉਂਕਿ ਉਹਨਾਂ ਦੀ ਕੇਅਰ ਟੇਕ ਕਰਨ ਲਈ ਘਰ 'ਚ ਨਹੀਂ ਹੁੰਦਾ ਬਹੁਤ ਸਾਰੇ ਕੇਸ ਅਜਿਹੇ ਹੁੰਦਾ ਕਿ ਅੱਜ ਕੱਲ ਜੋ ਨਸ਼ਾ ਤਸਕਰੀ ਦੇ ਕੇਸ ਜਿਹੜੇ ਹੈਗੇ ਉਹ ਜ਼ਿਆਦਾ ਆ ਰਹੇ ਆ ਕਿ ਜਦੋਂ ਔਰਤਾਂ ਇਨਵੋਲ ਹੋ ਜਾਂਦੀਆਂ ਜਾਂ ਕਈ ਵਾਰੀ ਘਰ ਦੇ ਸਾਰੇ ਪਰਿਵਾਰਕ ਮੈਂਬਰ ਹੀ ਕੇਸ 'ਚ ਇਨਵੋਲ ਹੁੰਦੇ ਆ ਤਾਂ ਫਿਰ ਬੱਚਾ ਜਿਹੜਾ ਹੈਗਾ ਉਹ ਮਾਂ ਦੇ ਨਾਲ ਭੇਜ ਦਿੰਦੇ ਆ ਤਾਂ ਇਹ ਆਪ ਦੇ ਆਪ 'ਚ ਹੈ ਤਾਂ ਇਹ ਬੜੀ ਮਤਲਬ ਚਿੰਤਾ ਦਾ ਵਿਸ਼ਾ ਕਿ ਬੱਚੇ ਇੰਨੀ ਛੋਟੀ ਉਮਰ 'ਚ ਕਿਸੇ ਵੀ ਗਲ ਕਰਨ ਕਰਕੇ ਉਹਨਾਂ ਨੂੰ ਜੇਲ੍ਹ ਜਾਣ ਤੋਂ ਰੋਕਿਆ ਜਾਣਾ ਚਾਹੀਦਾ ਹੈ ਤਾਂ ਕਿ ਉਹ ਵੱਡੇ ਹੋਣ ਉਦੇਸ਼ ਤੇ ਵਧੀਆ ਨਾਗਰਿਕ ਬਣ ਸਕਣ ਇੱਕ ਇਹ ਵੀ ਅੱਖਰ ਦੇ ਚ ਹੈ ਕਿ ਉਹ ਮਸੂਮਾਂ ਦਾ قصور ਕੀ ਹੈ ਉਹਨਾਂ ਨੂੰ ਕਿਉਂ ਰੱਖਿਆ ਗਿਆ ਦੇਖੋ ਉਹਨਾਂ ਤੇ ਕੋਈ ਜਿਵੇਂ ਭਾਰਤ ਦੇ ਕਾਨੂੰਨ ਤੱਕ ਇਹ ਵੀ 7 ਸਾਲ ਦੇ ਬੱਚੇ ਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋ ਸਕਦਾ ਤਾਂ ਨੇਚਰਲੀ ਇਹ ਅਪਰਾਧਿਕ ਮਾਮਲਾ ਦਰਜ ਨਹੀਂ ਹੋ ਸਕਦਾ ਤੇ 7 ਸਾਲ ਦੀ ਉਮਰ ਤੱਕ ਬੱਚਾ ਕੋਈ ਅਪਰਾਧ ਕਰਦਾ ਵੀ ਨਹੀਂ ਹੈਗਾ ਪਰ ਉਹਨਾਂ ਨੂੰ ਹੁਣ ਇਹ ਜਸਟੀਫਿਕੇਸ਼ਨ ਦੀ ਕੋਈ ਨਹੀਂ ਹੈਗੀ ਸਿਰਫ ਇੱਕ ਗੱਲ ਕਰਕੇ ਹੈਗਾ ਕਿ ਬੱਚਾ ਮਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਹੈਗਾ ਜਦ ਬੱਚੇ ਨੂੰ ਮਾਂ ਦੀ ਲੋੜ ਆ ਜਾਂਦੋਂ ਕੋਈ ਹੋਰ ਉਜਲਾ ਹੈ ਗਲੀ ਨੂੰ ਗਾਰਡੀਅਨ ਨਹੀਂ ਹੈਗਾ ਇਸ ਕਰਕੇ ਬੱਚੇ ਦੇ ਭਲੇ ਲਈ ਉਹਨਾਂ ਉਹਦੀ ਮਾਂ ਦੇ ਕੋਲ ਛੱਡਿਆ ਜਾ ਰਿਹਾ ਹੈਗਾ ਕਿ ਚਲੋ ਜਿੰਨੇ ਵੀ ਮਾੜੇ ਹਾਲਾਤ ਹੈਗੇ ਘਟੋ ਘਟ ਜਲਾ ਹੈਗਾ ਬੱਚਾ ਉਹਦੀ ਮਾਂ ਦੇ ਪਿਆਰ ਤੇ ਨਾਲ ਤਾਂ ਰਹਿ ਸਕੇ ਉਹਦੇ ਚ ਜਿਹੜੇ ਹੈਗੇ ਸੁਧਾਰਕਰ ਇੱਕੇ ਦਲੀਲ ਦਿੰਦੇ ਹੈਗੇ ਆ ਕਿ ਮਾਂ ਜੋ ਮਰਜੀ ਹਾਲਾਤ ਚ ਹੋਵੇ ਉਹ ਆਪਦੇ ਬੱਚੇ ਲਈ ਹੈਗੀ ਉਹ ਬੈਸਟ ਪਰਵਰਿਸ਼ ਦਿੰਦੀ ਹੈਗੀ ਹੈ ਟੂ ਬੈਸਟ ਟਰੀਟਮੈਂਟ ਦਿੰਦੀ ਭਾਵੇਂ ਜੇਲ੍ਹ ਚ ਵੀ ਹੋਵੇ ਉਥਾ ਦੇ ਬੱਚੇ ਦਾ ਵੱਧ ਖਿਆਲ ਰੱਖ ਸਕਦੀ ਹੈ ਤੇ ਕੋ ਔਰਤਾਂ ਦੇ ਵਿੱਚ ਰਹਿੰਦੀ ਹੈਗੀ ਤੇ ਇਸ ਕਰਕੇ ਬਾਕੀ ਅਪਰਾਧੀ ਉੱਥੇ ਨਹੀਂ ਹੁੰਦੇ ਜੇਲ੍ਹ ਅਧਿਕਾਰੀਆਂ ਨੂੰ ਕੁਇਸਚਨ ਇੰਸਟਰਕਸ਼ਨਸ ਹੁੰਦੀਆਂ ਕਿ ਜਿਹੜੀ ਔਰਤ ਪ੍ਰੈਗਨੈਂਟ ਹੈਗੀ ਜਾਂ ਜਿਹਦੇ ਛੋਟਾ ਬੱਚਾ ਹੈਗਾ ਉਹਨੂੰ ਬਾਕੀ ਜਿਹੜੇ سنگੀਨ ਅਪਰਾਧਾਂ ਦੇ ਮਲਜ਼ੂਮ ਹੈਗੇ ਉਹਨਾਂ ਤੋਂ ਅਲੱਗ ਰੱਖਿਆ ਜਾਵੇ ਤੇ ਬੱਚੇ ਲਈ ਜਿੱਥੇ ਜਿਹੜੀ ਸਪੈਸ਼ਲ ਡਾਇਟ ਵਗੈਰਾ ਪ੍ਰਬੰਧ ਕੀਤਾ ਜਾਵੇ ਬਟ ਸਭ ਕਸ਼ਤੇ ਦੇ ਬਾਵਜੂਦ ਜਿਹੜਾ ਹੈਗਾ ਬੱਚਾ ਜਿਹੜਾ ਹੈਗਾ ਉਹ ਸਮਾਜ ਨਾਲੋਂ ਕੱਟਿਆ ਜਾਂਦਾ ਹੈਗਾ ਉਹ ਇੱਕ ਖਾਸ ਥਾਂ ਤੇ ਉਹਨੂੰ ਨજરਬੰਦ ਕੀਤਾ ਜਾਂਦਾ ਹੈ ਇਹ ਤਾਂ ਇੱਕ ਛੋਟਾ ਬੱਚਾ ਹੈਗਾ ਉਹਨੇ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਥਾਵਾਂ ਉਹਨੇ ਘੁੰਮਣੀਆਂ ਸਕੂਲ ਜਾਣਾ ਆਣ ਗਵਾਂਡ ਜਾਣਾ ਘਰੇ ਖੇਡਣਾ ਪਿਆਉ ਕੋਲ ਜਾਣਾ ਭਰਾ ਕੋਲ ਜਾਣਾ ਆਪਦੇ ਹਮ ਉਮਰ ਦੇ ਬੱਚਾ ਨਾਲ ਖੇਡਣਾ ਤੇ ਜੇ ਉਹਨੂੰ ਇਹ ਮਾਹੌਲ ਨਹੀਂ ਮਿਲਦਾ ਤਾਂ ਨੇਚਰਲੀ ਉਹ ਇੱਕ ਚੰਗੀ ਨਾਗਰਿਕ ਬਣਦੇ ਵਿੱਚ ਬਹੁਤ ਸਾਰੇ ਦਿੱਕਤਾਂ ਆਉਣਗੀਆਂ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾइए ਤਾਂ ਤੁਹਾਨੂੰ ਉਸਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ